ਮੇਰੀ ਦਿਲ ਦੀ ਮਜਬੂਰੀ ਮੇਰਾ ਕਲਗੀਆਂ ਵਾਲਾ ਹੀ ਜਾਣਦਾ, ਜਿਹੜਾ ਸਾਰੇ ਦੁੱਖ ਮੇਰੇ ਕਟਾਏ, ਦੁੱਖ ਦੁੱਖਦਾ ਮੇਰਾ ਸਾਥੀ ਉਹੋ ਹੀ ਬਣਿਆ, ਸਭ ਮੁੱਖ ਮੋੜ ਗਏ ਭੈਣ ਭਰਾ ਰਿਸ਼ਤੇਦਾਰ ਵੀ। ਮੈਂ ਇੱਕ ਕੋ ਮੰਗਣ ਨਹੀਂ ਜਾਣਾ, ਮੇਰਾ ਕਲਗੀਆਂ ਵਾਲਾ ਭੇਜੇਗਾ ਮੈਨੂੰ ਉਹਦੇ ਤੇ, ਜਦ ਆਪਣੇ ਘਰਦਿਆਂ ਰਿਸ਼ਤੇਦਾਰਾਂ ਤੇ ਨਹੀਂ ਮਾਣ ਜਿਹਨੂੰ ਮੈਨੂੰ ਉਹ ਪਿਓ ਤੇ ਮਾਣ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ। ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੰਮ੍ਰਿਤਸਰ ਦੇ ਖੰਡੇ ਵਾਲੇ ਚੌਂਕ ਦੀਆਂ। ਅੰਮ੍ਰਿਤਸਰ ਵਿੱਚ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹੜਾ ਕਿ ਬਜ਼ੁਰਗ ਬਾਬਾ ਜੀ, ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਇੱਕ ਬਜ਼ੁਰਗ ਬਾਬਾ ਜਿਨ੍ਹਾਂ ਦੀ ਉਮਰ 90 ਸਾਲ ਦੇ ਕਰੀਬ ਹੈ, ਉਹ ਜਿਹੜੇ ਕਿ ਰੋਜ਼ੀ ਰੋਟੀ ਚਲਾਉਣ ਵਾਸਤੇ ਇੱਕ ਅੰਮ੍ਰਿਤਸਰ ਦੇ ਖੰਡਿਆ ਚੌਂਕ ਫੁੱਟਪਾਥ 'ਤੇ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਵੀ ਫੁੱਲ ਬਣੀਆਂ ਵੇਚ ਰਹੇ ਨੇ, 10-10 ਰੁਪਏ ਦਾ ਪੈਕਟ ਬਾਬਾ ਜੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ। ਅਤੇ ਬਾਬਾ ਜੀ ਨੇ ਇੱਕ ਤਖਤੀ ਲਿਖੀ ਹੋਈ ਆ, ਉੱਥੇ ਤਖਤੀ 'ਤੇ ਲਿਖਿਆ ਆ ਵੀ ਮੈਂ ਮਿਹਨਤ ਕਰਕੇ ਰੋਜ਼ੀ ਰੋਟੀ ਚਲਾਉਣਾ ਚਾਹੁੰਦਾ ਹਾਂ, ਗਰੀਬ ਦੀ ਸੁਣੋ ਰੱਬ ਤੁਹਾਡੀ ਸੁਣੇਗਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਬਾਬਾ ਜੀ ਜਿਹੜੇ ਕਿ ਫੁੱਟਪਾਥ 'ਤੇ ਬੈਠੇ ਨੇ ਅਤੇ ਫੁੱਲ ਵੜੀਆਂ ਵੇਚ ਰਹੇ ਨੇ, ਅਤੇ ਜਿਹੜੀ ਸੰਗਤ ਆ ਰਾਹਗੀਰ ਜਿਹੜੇ ਹੁੰਦੇ ਨੇ ਇਹਨਾਂ ਕੋਲ ਫੁੱਲ ਵੜੀਆਂ ਦਾ ਪੈਕਟ ਲੈ ਕੇ ਜਾਂਦੇ ਨੇ, ਅਤੇ ਇਹਨਾਂ ਦਾ ਹੌਸਲਾ ਅਫਜਾਈ ਵੀ ਕਰਦੇ ਨੇ ਕਿ ਇੰਨੀ ਉਮਰ ਹੋਣ ਦੇ ਬਾਵਜੂਦ ਜਿਹੜਾ ਇਹ ਮਿਹਨਤ ਕਰਦੇ ਨੇ। ਤਸਵੀਰਾਂ ਵਿੱਚ ਵੇਖ ਸਕਦੇ ਹੋ ਫੁੱਲ ਵੜੀਆਂ ਦਾ ਪੈਕਟ ਵੀ ਲਾਇਆ ਹੋਇਆ ਵਾ, 10-10 ਰੁਪਏ ਦਾ ਪੈਕਟ ਵੇਚਦੇ ਨੇ। ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਬਾਬਾ ਜੀ ਦੇ ਨਾਲ। ਹਾਂ ਬਾਬਾ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣਨ ਵਾਲਿਆ, ਭੈਣ ਭਰਾਵਾਂ ਨੂੰ ਦੂਰ ਨੇੜੇ ਮੇਰੀ ਵੱਲ ਹੱਥ ਜੋੜ ਕੇ ਬੇਨਤੀ ਆ, ਸਾਰੇ ਕਬੂਲ ਕਰੋ ਮੇਰੀ ਸਤਿ ਸ੍ਰੀ ਅਕਾਲ। ਬਾਬਾ ਜੀ, 90 ਸਾਲ ਦੀ ਉਮਰ ਤੁਹਾਡੀ ਹੋ ਚੁੱਕੀ ਆ, ਇੰਨੀ ਉਮਰ ਹੋਣ ਦੇ ਬਾਵਜੂਦ ਵੀ ਇੰਨੀ ਠੰਡ 'ਚ ਬੈਠੇ ਹੋ, ਮਜਬੂਰੀ ਕੀ ਤੁਹਾਡੀ? ਮੇਰੀ ਦਿਲ ਦੀ ਮਜਬੂਰੀ ਮੇਰਾ ਕਲਗੀਆਂ ਵਾਲਾ ਹੀ ਜਾਣਦਾ, ਜਿਹੜਾ ਸਾਰੇ ਦੁੱਖ ਮੇਰੇ ਕਟਾਏ, ਦੁੱਖ ਸੁੱਖਦਾ ਮੇਰਾ ਸਾਥੀ ਉਹੋ ਹੀ ਬਣਿਆ, ਸਭ ਮੁੱਖ ਮੋੜ ਗਏ ਭੈਣ ਭਰਾ ਰਿਸ਼ਤੇਦਾਰ ਵੀ। ਉਹਨਾਂ ਦੇ ਚਰਨਾਂ 'ਚ ਗੁਣ ਦਿਨ ਗੁਜ਼ਾਰਾਂਗਾ, ਜਿੰਨਾ ਚਿਰ ਮੇਰੀ ਸਾਹ ਚੱਲੇਗਾ ਉਹਨਾਂ ਦੇ ਚਰਨਾਂ 'ਚ ਦਿਨ ਗੁਜ਼ਾਰਾਂਗਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹੀ ਰਹਾਂਗਾ, ਗੁਣ ਗਾਉਂਦਾ ਹੀ ਰਹਾਂਗਾ। ਬਾਬਾ ਜੀ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ, ਇਹ ਜਿਹੜਾ ਤੁਸੀਂ ਫੁੱਲ ਵੇਚਦੇ ਹੋ 10-10 ਰੁਪਏ ਦਾ ਪੈਕਟ, ਕਿੰਨਾ ਸਮਾਂ ਹੋ ਗਿਆ? 1 ਸਾਲ ਹੋ ਚੱਲਿਆ। ਇਹ ਜਿਹੜੇ ਭੈਣ ਜੀ ਜਗਰ ਧੋਂਦੇ ਸੀ, ਇਹਨਾਂ ਮੇਰੇ ਗੁੱਬਾ ਇੱਥੇ ਬਾਂਹ ਫੜੀ ਆ, ਇੱਥੇ ਬਹਿ ਆਇਆ ਮੈਨੂੰ ਇੱਥੇ ਆਣ ਕੇ, ਤੁਹਾਡੇ ਤੁਸੀਂ ਪੱਤਰਕਾਰ ਆਏ, ਮੇਰੇ ਕਿਸੇ ਨੇ ਫਰਿਆਦ ਸਾਰਿਆਂ ਨੇ ਸੁਣੀ ਆ, ਬਾਕੀ ਮੇਰੀ ਦਿਲ ਦੀ ਭਾਵਨਾ ਜਿੱਦਾਂ ਮੇਰੀ ਸੁਣੀ ਤੁਹਾਡੀ ਵੀ ਸੁਣੇ, ਤੁਹਾਡੀ ਕੋਈ ਤਮੰਨਾ ਪੂਰੀਆਂ ਕਰੇ। ਮੈਂ ਤਾਂ ਮਾਲਕ ਆਪਣੇ ਇਹੋ ਹੀ ਗੁਣ ਗਾਉਣੇ ਆ, ਮਾਲਕ ਸਭ ਮੈਨੂੰ ਰੋਜ਼ੀ ਰੋਟੀ ਦਿੱਤੀ ਸਭ ਨੂੰ ਦੇ। ਬਾਬਾ ਜੀ, ਦੇਖਿਆ ਵੀ ਤੁਹਾਡੇ ਬਾਅਦ ਵੀ ਤਖਤੀ ਫੜੀ ਹੋਈ ਹੈ, ਤੁਸੀਂ ਦੇਖਿਆ ਤਖਤੀ ਲਿਖਿਆ ਵਾ ਵੀ ਮੈਂ ਮਿਹਨਤ ਕਰਕੇ ਰੋਜ਼ੀ ਰੋਟੀ ਚਲਾਉਣਾ ਚਾਹੁੰਦਾ ਹਾਂ, ਗਰੀਬ ਦੀ ਸੁਣੋ ਰੱਬ ਤੁਹਾਡੀ ਸੁਣੇਗਾ। ਇਹ ਜਿਹੜੀ ਤਖਤੀ ਆ ਇਹ ਕਿਹਨੇ ਲਿਖੀ ਆ, ਅਤੇ ਉੱਤੇ ਕਿਸ ਤਰ੍ਹਾਂ ਜਹਿਨ ਚਾਬੀਆਂ 'ਚ ਲਿਖੀਆਂ ਜਾਣ? ਇਹ ਜਿੱਦਾਂ ਮਾਲਕ ਪਰਖਿਆ ਕਰਦਾ ਬੰਦਾ ਕਰ ਲੈਂਦਾ ਬਣ ਪਰਖਿਆ, ਮਾਲਕ ਉੱਦਾਂ ਵੀ ਪਰਖਿਆ ਕਰਦਾ, ਜੇ ਬੰਦੇ ਮਾਲਕ ਦੇ ਬਣ ਜਾਈਏ ਤਾਂ ਮਾਲਕ ਕਿਉਂ ਨਾ ਸਹਾਈ ਹੋਵੇ। ਮਾਲਕ ਕਦਮ ਕਦਮ ਦੇ ਨਾਲ ਚੱਲਦਾ, ਜੋ ਅਸੀਂ ਮੂੰਹ ਕਹਿੰਦੇ ਹਾਂ ਸਾਡੇ ਪੂਰੇ ਕਰਦਾ, ਮੰਗਾਂ ਤਾਂ ਅਸੀਂ ਬੜੀਆਂ ਮੰਗਦੇ ਹਾਂ, ਸਾਨੂੰ ਪੁੱਤ ਦੇ ਦੇ, ਕੋਠੀ ਦੇ ਦੇ, ਜਾਇਦਾਦ ਦੇ ਦੇ, ਪੁੱਤਰ ਦੇ ਦੇ, ਧੀਆਂ ਦੇ ਦੇ, ਬਿਲਡਿੰਗਾਂ ਵੱਡੀਆਂ ਵੱਡੀਆਂ ਮੰਗਦੇ ਹਾਂ। ਜਦੋਂ ਅਸੀਂ ਗੁਰਦੁਆਰੇ ਜਾਂਦੇ ਮੰਦਰ ਜਾਂਦੇ ਹਾਂ, ਇਹ ਨਹੀਂ ਸੋਚਦੇ ਇੱਕ ਗੀਸੇ 'ਚ ਕਿੰਨੇ ਪੈਸੇ ਆ,
ਛੋਟੇ ਤੋਂ ਛੋਟਾ ਚੜ੍ਹਾਉਣ ਦੀ ਕਰਦੀ, ਜਿੱਦਾਂ ਮੰਗ ਮੰਗਦੇ ਹਾਂ ਦੇਣ ਲੱਗੇ ਵੀ ਇੱਦਾਂ ਮੰਗ ਕਰੀਏ ਪੂਰੀ। ਬਾਬਾ ਜੀ ਤੁਸੀਂ ਇੱਥੇ ਠੰਡ 'ਚ ਬੈਠੇ ਹੋ, ਅਸੀਂ ਦੇਖਿਆ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਇੱਥੇ ਆ ਕੇ ਫੁੱਲਵੜੀਆਂ ਵੀ ਲੈ ਕੇ ਜਾਂਦੇ ਨੇ, ਕਿੰਨਾ ਕੁ ਪਿਆਰ ਕਰਦੇ ਨੇ ਅੰਮ੍ਰਿਤਸਰ ਦੇ ਲੋਕ ਤੁਹਾਡੇ ਨਾਲ? ਜਿੰਨੀ ਉਹਦੀ ਮਾਲਕ ਦੀ ਮੈਂ ਸੋਭਾ ਕਰ ਲਵਾਂ ਓਨੀ ਥੋੜ੍ਹੀ ਹੈਗੀ ਆ। ਇਹ ਤਾਂ ਜਿਹਦੇ ਮਨ 'ਚ ਮਾਲਕ ਮੇਰਾ ਵੱਸਦਾ ਉਹ ਦਇਆਵਾਨ ਜ਼ਰੂਰ ਹੁੰਦਾ। ਮਾਲਕ ਜਿੱਥੇ ਵਸੇ ਉਹਦੇ ਜਗਮਗ ਕਿਉਂ ਨਾ ਹੋਵੇ, ਚਾਨਣ ਕਿਉਂ ਨਾ ਚੜ੍ਹੇ। ਜਿਹਦੇ ਮਨ 'ਚ ਵੱਸ ਗਿਆ ਕਲਗੀਆਂ ਵਾਲਾ ਉਹਦਾ ਸਹਾਰਾ ਬਣ ਜਾਂਦਾ। ਵੇਖੋ ਤੁਹਾਡੇ ਸਾਹਮਣੇ ਆ ਜੋ ਦਿਨ ਮੈਂ ਕਿਸੇ ਕੋਲ ਮੰਗਣ ਨਹੀਂ ਜਾਣਾ, ਮੇਰਾ ਕਲਗੀਆਂ ਵਾਲਾ ਭੇਜੇਗਾ ਮੈਨੂੰ ਉਹਦੇ 'ਤੇ। ਜਦ ਆਪਣੇ ਕਰਦਿਆਂ ਰਿਸ਼ਤੇਦਾਰਾਂ 'ਤੇ ਨਹੀਂ ਮਾਣ, ਜਿਹਨੂੰ ਮੈਨੂੰ ਉਸ ਪਿਓ 'ਤੇ ਮਾਣ। ਬਾਬਾ ਜੀ ਪਰਿਵਾਰ ਦੀ ਗੱਲ ਕਰੀਏ, ਪਰਿਵਾਰ ਵਿੱਚ ਕੌਣ ਕੌਣ ਹੈ, ਕਿੰਨੇ ਜੀ ਨੇ ਪਰਿਵਾਰ ਦੇ ਮੈਂਬਰ? ਇੱਕ ਮੇਰੇ ਘਰ ਦੀ ਆ, ਇੱਕ ਮੇਰਾ ਬੱਚਾ, ਉਹਦੀਆਂ ਦੋ ਧੀਆਂ, ਉਹ ਆਪਣੇ ਵੱਖਰੇ ਰਹਿਣ ਡੇ। ਮੈਂ ਇੱਥੇ ਆਪਣੇ ਢੋਲੀ ਫੱਟ ਵਾਲੀ ਗਲੀ 'ਚ ਰਹਿਣ ਡਿਆ, ਆਪਣੇ ਦਿਨ ਗੁਜ਼ਾਰਨੇ ਉਹਦੇ ਚਰਨਾਂ 'ਚ ਹੀ ਗੁਜ਼ਾਰਨੇ ਆ। ਮਾਗੀ ਮਾਲਕ ਜਿੱਥੇ ਰੱਖੇਗਾ ਮੈਂ ਉੱਥੇ ਚਰਨਾਂ 'ਚ ਹੀ ਗੁਜ਼ਾਰਾਂਗਾ। ਮੈਂ ਜਦੋਂ ਵੀ ਜਾਵਾਂਗਾ ਉਹਦੇ ਚਰਨਾਂ 'ਚ ਹੀ ਜਾਵਾਂਗਾ। ਮੈਨੂੰ ਇਸ ਤੋਂ ਵੀ ਮਕਾਨ ਦੀ ਗੱਲ ਕਰੀਏ, ਮਕਾਨ ਆਪਣਾ ਜਾਂ ਮਕਾਨ ਕਿਰਾਏ 'ਤੇ ਆ? ਇੱਥੇ ਮੈਂ 4000 ਕਮਰਾ ਕਿਰਾਇਆ ਦੇਣ ਡਿਆ ਫੱਟ ਵਾਲੀ ਗਲੀ 'ਚ। ਪਰ ਆਪਾਂ ਮੇਰਾ ਮਾਲਕ ਇੱਦਾਂ ਹੀ ਭੇਜਦਾ ਰੋਟੀ, ਮੈਂ ਜਿੰਨਾ ਕਿਰਾਇਆ ਹੁੰਦਾ ਬਣਦਾ ਉਹਨੂੰ ਆਖਦਾ ਚੁੱਕ ਪਈ ਲੈ ਜਾ। ਬਾਬਾ 4000 ਰੁਪਏ ਕਿਰਾਏ ਬੜਾ ਹੁੰਦਾ ਵਾ, ਬੱਤੀ ਦਾ ਖਰਚ ਵੀ ਆ, ਘਰ ਦਾ ਰਾਸ਼ਨ ਪਾਣੀ ਵੀ ਆ, ਫਿਰ ਕਿਸ ਤਰ੍ਹਾਂ ਚੱਲਦਾ ਸਾਰਾ ਕੰਮ? ਇਹ ਮੇਰਾ ਕਲਗੀਆਂ ਵਾਲਾ ਭੇਜਣ ਵਾਲਾ, ਮੈਂ ਤਾਂ ਕਿਸੇ ਕੋਲ ਮੰਗਣ ਨਹੀਂ ਜਾਵਾਂਗਾ। ਮੈਂ ਜਿੰਨਾ ਮੈਂ ਇੱਥੇ ਰਹੇਗਾ ਤਾਂ ਰੋਟੀ ਖਾ ਲਵਾਂਗਾ, ਨਹੀਂ ਤਾਂ ਉਹਦੇ ਦਿਨ ਗੁਣ ਗਾਵਾਂਗਾ। ਮੈਂ ਜਿੰਨੀ ਸਿਫਤ ਉਹਦੀ ਕਰ ਜਾਵਾਂ ਓਨੀ ਥੋੜ੍ਹੀ, ਨੇਕ ਕਮਾਈ ਰਸਤੇ ਰਸਤੇ ਜਾਣਾ, ਪੁੱਠੇ ਰਸਤੇ ਮੈਨੂੰ ਕਦੀ ਨਾ ਪਾਵੇ। ਬਾਬਾ ਜੀ ਇੱਕ ਸ਼ਬਦ ਜ਼ਰੂਰ ਸੁਣਾ ਦਿਓ, ਤੁਸੀਂ ਕਲਗੀਆਂ ਦੀ ਗੱਲ ਕਰਦੇ ਹੋ, ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦੇ ਹੋ, ਇੱਕ ਸ਼ਬਦ ਜ਼ਰੂਰ ਸੁਣਾ ਦਿਓ ਨਾ ਬਾਬਾ ਜੀ ਦਾ। ਗੁਰੂ ਨਾਨਕ ਜੀ ਦਾ ਤੁਸੀਂ ਪੂਰਾ ਸੁਣਿਆ ਨਹੀਂ? ਗੁਰੂ ਨਾਨਕ ਜੀ ਹੋਏ ਤੇਰਾ ਤੇਰਾ ਤੋਲਿਆ, ਲੋਕ ਸੰਗਤ ਆਈ ਸੰਗਤ ਆਈ, ਚਾਣ ਪੱਲੇ ਵਛਾਏ, ਦਾਣੇ ਪੁਆ ਕੇ ਘਰਾਂ ਨੂੰ ਤੁਰਦ ਚੱਲੇ, ਸ਼ਾਮਾਂ ਪੈ ਗਈਆਂ ਆਣ ਮਾਤਾ ਇੱਕ ਬਜ਼ੁਰਗ ਖਲੋਤੀ, ਆਣ ਪੱਲਾ ਵਛਾਇਆ ਦਾਣੇ ਤਾਂ ਲੈ ਪੁਆ, ਤਾਂ ਜੇ ਚੁੱਕਣ ਕਿਹੜਾ ਹੋਵੇ ਬੜੇਪਾ, ਫਿਰ ਵਹਾੜਾ ਮਾਰਦੀ ਆ। ਅੱਜ ਮੇਰਾ ਪੁੱਤ ਕੋਈ ਹੋਵੇ, ਮੇਰਾ ਦਰਦੀ ਕੋਈ ਬਣੇ, ਇਸਦਾ ਸ਼ਾਮਾਂ ਪੈ ਗਈਆਂ ਇਕੱਲੀ ਖਲੋਤੀ ਆ। ਵੇਖਿਆ ਰੂਪ ਜਿੱਦਾਂ ਛੜਕ ਵਗਦੀ ਪਈ ਆ, ਮਹਾਰਾਜ ਰੂਪ ਧਾਰਿਆ ਆਣ ਖਲੋਤੇ, ਮਾਤਾ ਜੀ ਚਗਾਓ ਪੰਡ ਘਰ ਨੂੰ ਚੱਲੀਏ। ਘਰ ਚ ਅੱਗੇ ਚਲੀ ਗਈ, ਲੈ ਕੇ ਘਰ ਜਾ ਕੇ ਪੰਡ ਲਈ ਰਖਾ, ਉਹਨੂੰ ਨਹੀਂ ਪਤਾ ਮੇਰਾ ਮਾਲਕ ਨਾਲ ਆਇਆ ਵਾ। ਆਣ ਕੇ ਕਰ ਲੱਗਿਆ ਜਲ ਪੰਡ ਰਖਾ ਲਈ, ਵੀਰਾ ਅੱਜ ਘਰ ਖਦਾਣਾ ਵੀ ਨਹੀਂ ਸੀ ਖਾਣ ਨੂੰ, ਇਹੋ ਪੀਸਾਂਗੀ ਤੇ ਮੈਂ ਖਾਵਾਂਗੀ। ਕਹਿਣ ਲੱਗੇ ਮਾਤਾ ਜਿੱਥੋਂ ਚੱਲੀ ਉੱਥੇ ਹੀ ਆਣ ਖਲੋਈ, ਜੋ ਤੇਰੀ ਭਾਵਨਾ ਹੋਈ ਸਾਡੀ ਝੋਲੀ ਪਾਈ। ਪਰ ਕੀ ਲੱਗਦਾ ਨਹੀਂ ਬਾਬਾ ਜੀ ਮਜਬੂਰੀ ਕੀ ਹੈ? ਕੀ ਲੱਗਦਾ ਨਹੀਂ ਵੀ ਇਸ ਉਮਰ ਵਿੱਚ ਤੁਹਾਨੂੰ ਘਰੇ ਬਹਿ ਕੇ ਰੋਟੀ ਖਾਣੀ ਚਾਹੀਦੀ ਹੈ, ਕਿਉਂਕਿ ਉਮਰ ਬਹੁਤ ਹੋ ਚੁੱਕੀ ਹੈ? ਅਸੀਂ ਦੇਖਿਆ ਤੁਹਾਡੀ ਉਮਰ ਦੇ ਜਿਹੜੇ ਲੋਕ ਨੇ ਜਾਂ ਤਾਂ ਘਰੇ ਆਰਾਮ ਕਰਦੇ ਨੇ, ਤੁਹਾਡਾ ਨਹੀਂ ਜੀ ਕਰਦਾ ਘਰੇ ਰਹਿ ਕੇ ਆਰਾਮ ਕਰ? ਜਿੰਨਾ ਚਿਰ ਮੇਰਾ ਸਾਹਿਬ ਇੱਥੇ ਬੈਠਾ ਰੋਟੀ ਦੇਗਾ, ਸਰੀਰ ਚਲਾਏਗਾ, ਮੈਂ ਉਨਾ ਚਿਰ ਉਹਦੇ ਇੱਦਾਂ ਹੀ ਰੋਟੀ ਕਮਾ, ਆਪਣੇ ਗੋਡੇ ਦੀ ਜ਼ੋਰ ਨਾਲ ਰੋਟੀ ਕਮਾਵਾਂਗਾ ਖਾਵਾਂਗਾ। ਭੈਣ ਰਿਸ਼ਤੇਦਾਰਾਂ ਕੋਲ ਕਿਸੇ ਕੋਲ ਨਹੀਂ ਮੰਗਾਂਗਾ, ਮੰਗਾਂਗਾ ਤਾਂ ਆਪਣੇ ਪਿਓ ਕੋਲ ਮੰਗਾਂਗਾ। ਸਵੇਰੇ ਕਿੰਨੇ ਵਜੇ ਆ ਜਾਂਦੇ ਹੋ, ਸ਼ਾਮੀ ਕਿੰਨੇ ਵਜੇ ਚੱਲ ਜਾਂਦੇ ਹੋ? ਮੈਂ ਇੱਥੇ 10-11 ਵਜੇ, 11-12 ਦੇ ਵੀ ਵੱਜ ਜਾਂਦੇ ਆ, ਪੈਕ ਪੂਕ ਕਰਦੇ ਹਾਂ, ਉਹਦੇ ਬਾਅਦ 5:30 ਹੁੰਦੇ ਆ, ਫਿਰ ਮੈਂ ਘਰ ਨੂੰ ਤੁਰ ਜਾਂਦਾ। ਹੁਣ ਠੰਡ ਹੈ, 5:30 ਮੈਂ ਘਰ ਚਲੇ ਜਾਂਦਾ।
ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਬਾਬਾ ਜੀ ਨਾਲ ਬਹੁਤ ਲੋਕ ਪਿਆਰ ਵੀ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਵੀ ਬਾਬਾ ਜੀ ਵਾਸਤੇ ਚਾਹ ਪਾਣੀ ਜਿਹੜਾ ਕਿ ਰਹਿੰਦਾ ਵਾ, ਖਾਣ ਪੀਣ ਵਾਸਤੇ ਵੀ ਸਮਾਨ ਲੈ ਕੇ ਆਉਂਦੇ ਨੇ, ਅਤੇ ਇੱਥੋਂ ਦੇ ਰਾਹਗੀਰ ਜਿਹੜੇ ਨੇ ਉਹ ਬਹੁਤ ਪਿਆਰ ਕਰਦੇ ਨੇ। ਜਿਹੜੇ ਅਸੀਂ ਦੇਖਿਆ ਜਿਨ੍ਹਾਂ ਦੇ ਘਰ ਦੇ ਬਾਹਰ ਬਾਬਾ ਜੀ ਬੈਠੇ ਨੇ, ਸਰਦਾਰ ਬੂਆ ਸਿੰਘ ਜੀ 90 ਸਾਲ ਦੀ ਉਮਰ ਹੋ ਚੁੱਕੀ ਆ, ਅਤੇ ਜਿਹੜੇ ਘਰ ਦੇ ਮਾਲਕ ਨੇ ਇਹਨਾਂ ਵਾਸਤੇ ਰੋਜ਼ੀ ਰੋਟੀ ਵਾਸਤੇ ਵੀ ਦਿੰਦੇ ਨੇ। ਤੁਸੀਂ ਦੇਖਿਆ ਚਾਹ ਪਾਣੀ ਦਿੰਦੇ ਨੇ, ਇੰਨੀ ਠੰਡ ਹੋਣ ਦੇ ਬਾਵਜੂਦ ਹੀ ਬਾਬਾ ਜੀ ਵਾਸਤੇ ਸਪੈਸ਼ਲ ਚਾਹ ਵੀ ਲੈ ਕੇ ਆਏ ਨੇ। ਬਾਬਾ ਜੀ ਚਾਹ ਪੀ ਲਓ, ਠੰਡ ਵਾਸਤੇ ਠੰਡ ਬਹੁਤ ਹੋ ਗਈ ਆ। ਅਤੇ ਮੈਨੂੰ ਇਸ ਬਾਬਾ ਜੀ ਅੰਮ੍ਰਿਤਸਰ ਦੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ, ਜਿਹੜੀ ਸੰਗਤਾਂ ਤੁਹਾਨੂੰ ਦੇਖਦੀਆਂ ਤੁਸੀਂ? ਦੇਖੋ ਜੀ, ਜੇ ਮੇਰੀ ਪ੍ਰਾਰਥਨਾ ਭੈਣ ਭਰਾਵਾਂ ਅੱਗੇ ਇਹ ਹੋਈ ਆ, ਜਿੰਨਾ ਮਹਾਰਾਜ ਨਾਲ ਪਿਆਰ ਕਰ ਲਓ ਉਹਨਾਂ ਥੋੜ੍ਹਾ ਹੈਗਾ ਜੇ, ਦੁਨੀਆ ਦਾ ਜੱਸ ਇਹੋ ਹੀ ਹੈਗਾ ਜੇ। ਮੈਂ ਤਾਂ ਜੋ ਮੇਰਾ ਮਾਲਕ ਜਿੱਥੇ ਲੱਗੇਗਾ ਮੈਂ ਉੱਥੇ ਹੀ ਦਿਨ ਗੁਜ਼ਾਰਾਂਗਾ ਜੇ। ਬਾਕੀ ਤੁਹਾਡੀ ਭਾਵਨਾ ਜੋ ਤਾਂ ਮੇਰੀ ਚੋਲੀ ਪਾਉਣਾ ਹੋਏਗਾ ਪਾ ਜਾਇਆ ਕਰੋ ਗਰੀਬ ਦੇ। ਮੈਂ ਗਰੀਬ, ਮੈਨੂੰ ਕਿਸੇ ਨੇ ਕਿਹਾ ਸੀ ਗਰੀਬ ਨਾ ਘੁਆਇਆ ਕਰ, ਮੈਂ ਚਾਹੇ ਵੱਡੇ ਬਣ ਕੇ ਨਹੀਂ, ਨੀਵੀਂ ਕੇ ਫੜ ਲੱਗਦਾ, ਉੱਚੇ ਹੋ ਗਏ ਕਿ ਕਦੀ ਨਹੀਂ ਲੱਗਾ। ਕਿੱਡੇ ਬੂਟੇ ਵੇਖ ਲਓ ਕਿੰਨੇ ਹੈਗੇ ਆ, ਉੱਚਾ ਕਦੇ ਫੜ ਨਹੀਂ ਲੱਗਦਾ, ਨੀਵਾਂ ਹੀ ਲੱਗਦਾ। ਮੈਂ ਉਹਦੇ ਚਰਨਾਂ 'ਚ ਗੁਜ਼ਾਰਾ ਕਰ, ਜ਼ਿੰਦਗੀ ਜਿੰਨਾ ਚਿਰ ਹੀ ਗੁਜ਼ਰੇਗੀ। ਧੰਨਵਾਦ ਜੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬਾਬਾ ਜੀ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿਹੜੇ ਕਿ ਬੈਠੇ ਨੇ, ਅਤੇ ਨਾਲ ਦੇ ਨਾਲ ਜਿਹੜੇ ਕਿ ਲੋਕ ਨੇ ਉਹਨਾਂ ਨੂੰ ਪਿਆਰ ਵੀ ਕਰਦੇ ਨੇ। ਬਾਬਾ ਜੀ ਚਾਹ ਵੀ ਪੀਓ ਤੁਸੀਂ, ਚਾਹ ਠੰਡੀ ਹੋ ਜਾਊਗੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅੰਮ੍ਰਿਤਸਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ, ਅੰਮ੍ਰਿਤਸਰ ਦੇ ਖੰਡੇ ਵਾਲੇ ਚੌਂਕ ਦੀਆਂ, ਜਿਹੜੇ ਲੋਕ ਨੇ ਪਿਆਰ ਕਰਦੇ ਨੇ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ। ਬਾਬਾ ਜੀ ਪਿਛਲੇ 1 ਸਾਲ ਤੋਂ ਇੱਥੇ ਬੈਠੇ ਨੇ, ਇੱਥੇ ਧੁੱਪ ਵੀ ਇਹਨਾਂ ਨੇ, ਇੱਥੇ ਗਰਮੀਆਂ ਵੀ ਉਹ ਹੰਡਾਈਆਂ ਨੇ, ਸਿਆਲ ਵੀ ਇੱਥੇ ਜਿਹੜਾ ਕੱਟ ਰਹੇ ਨੇ। ਅਸੀਂ ਦੇਖ ਸਕਦੇ ਅਸੀਂ ਲੋਕ ਘਰਾਂ ਦੇ ਵਿੱਚ ਰਜਾਈਆਂ ਵਿੱਚ ਬੈਠੇ ਹਾਂ, ਪਰ ਬਾਬਾ ਜੀ ਘਰਾਂ ਦੀਆਂ ਮਜਬੂਰੀਆਂ ਹੋਣ ਕਰਕੇ ਇੱਥੇ ਬਾਹਰ ਫੁੱਟਪਾਥ 'ਤੇ ਬੈਠੇ ਨੇ, ਕਿਸੇ ਘਰ ਦੇ ਬਾਹਰ ਬੈਠੇ ਨੇ, ਅਤੇ ਇੱਥੇ ਬਹਿਣ ਦੇ ਨਾਲ ਨਾਲ ਇਹਨਾਂ ਨੂੰ ਜਿਹੜੇ ਰਾਹਗੀਰ ਨੇ ਪਿਆਰ ਵੀ ਕਰਦੇ ਨੇ। ਤੁਸੀਂ ਦੇਖ ਸਕਦੇ ਬਾਬਾ ਜੀ ਹੱਥ ਵੀ ਜੋੜ ਦਿੰਦੇ ਹਮੇਸ਼ਾ, ਅਤੇ ਵਾਹਿਗੁਰੂ ਦਾ ਜਾਪ ਵੀ ਕਰਦੇ ਰਹਿੰਦੇ ਨੇ, ਅਤੇ ਸ਼ਬਦ ਬਹੁਤ ਵਧੀਆ ਬੋਲਦੇ ਨੇ ਬਾਬਾ ਜੀ। ਤੁਸੀਂ ਦੇਖ ਸਕਦੇ ਹੋ ਬਾਬਾ ਜੀ ਨੂੰ ਲੋਕ ਪਿਆਰ ਬਹੁਤ ਕਰਦੇ ਨੇ। ਤਸਵੀਰਾਂ ਤੁਹਾਨੂੰ ਜਿਹੜੀ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਦੇ ਅਜੀਤ ਨਗਰ ਦੀਆਂ ਤਸਵੀਰਾਂ ਨੇ। ਇਸ ਕਰਕੇ ਸਾਡੀ ਵੀ ਸੰਗਤਾਂ ਨੂੰ ਅਪੀਲ ਆ, ਜਦੋਂ ਕਿਤੇ ਤੁਸੀਂ ਅੰਮ੍ਰਿਤਸਰ ਸਾਹਿਬ ਆਓ ਅਤੇ ਲੰਘਦੇ ਵੜਦੇ ਬਾਬਾ ਜੀ ਨੂੰ ਜ਼ਰੂਰ ਮਿਲ ਕੇ ਜਾਓ। ਸਰਦਾਰ ਬੂਆ ਸਿੰਘ ਇਹਨਾਂ ਦਾ ਨਾਂ ਆ, ਅਤੇ ਅੰਮ੍ਰਿਤਸਰ ਦੇ ਅਜੀਤ ਨਗਰ ਜਿਹੜਾ ਕਿ ਖੰਡੇ ਵਾਲਾ ਚੌਂਕ ਆ, ਉੱਥੇ ਇਹਨਾਂ ਦੀ ਜਿਹੜੀ ਕਿ ਬਿਲਕੁਲ ਫੁੱਟਪਾਥ 'ਤੇ ਉੱਥੇ ਬੈਠੇ ਜਿਹੜੀਆਂ ਫੁੱਲਵੜੀਆਂ ਵੇਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਫੁੱਲਵੜੀਆਂ ਵਿੱਚ 10-10 ਰੁਪਏ ਦਾ ਪੈਕਟ ਜਿਹੜਾ ਕਿ ਬਾਬਾ ਜੀ ਨੇ ਫੁੱਲਵੜੀਆਂ ਦਾ ਪੈਕਟ ਰੱਖਿਆ ਹੋਇਆ ਵਾ, ਅਤੇ ਜਦੋਂ ਵੀ ਲੋਕ ਲੰਘਦੇ ਨੇ ਇੱਥੋਂ ਫੁੱਲਵੜੀਆਂ ਲੈ ਕੇ ਜਾਂਦੇ ਨੇ, ਅਤੇ ਬਾਬਾ ਜੀ ਲਿਖਿਆ ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ, ਓਨਲੀ ਵਾਹਿਗੁਰੂ ਜੀ ਮਿਹਰ ਕਰਨ 10 ਰੁਪਈਏ 10 ਰੁਪੀਜ਼। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਫੜਿਆ ਅਤੇ ਫਤਿਹ ਵੀ ਸਾਂਝੀ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਫਤਿਹ ਵੀ ਸਾਂਝੀ ਕਰ ਰਹੇ ਨੇ। ਬੋਲੇ ਸੋਨਿਆਰ ਸਤਿ ਅਕਾਲ। ਬਿਲਕੁਲ ਜੀ, ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਅੰਮ੍ਰਿਤਸਰ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ, ਅੰਮ੍ਰਿਤਸਰ ਦੇ ਖੰਡੇਵਾਲ ਚੌਂਕ ਦੀਆਂ, ਅਜੀਤ ਨਗਰ ਦੀਆਂ। ਇਸ ਕਰਕੇ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਜਦੋਂ ਕਿਤੇ ਅੰਮ੍ਰਿਤਸਰ ਸਾਹਿਬ ਆਓ ਅਤੇ ਸਰਦਾਰ ਬੂਆ ਸਿੰਘ ਜਿਹੜੇ ਕਿ ਜਿਨ੍ਹਾਂ ਦੀ ਉਮਰ 90 ਸਾਲ ਦੇ ਕਰੀਬ ਹੈ, ਇੰਨੀ ਠੰਡ ਹੋਣ ਦੇ ਬਾਵਜੂਦ ਵੀ ਜਿੱਥੇ ਕਿ ਅੱਜ ਧੁੰਦ ਪੈ ਰਹੀ ਹੈ, ਕੋਹਰਾ ਪੈ ਰਿਹਾ, ਸਵੇਰ ਦਾ ਜਿਹੜਾ ਕਿ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ, ਉੱਥੇ ਹੀ ਬਾਬਾ ਜੀ ਘਰਾਂ ਦੀਆਂ ਮਜਬੂਰੀਆਂ ਕਰਕੇ ਜਿਹੜਾ ਕਿ ਬੈਠੇ ਨੇ। ਤੁਸੀਂ ਦੇਖ ਸਕਦੇ ਹੋ ਵੀ ਠੰਡ ਹੋਣ ਦੇ ਬਾਵਜੂਦ ਹੀ ਜਿਹੜੇ ਘਰ ਦੇ ਗਵਾਂਢੀ ਨੇ, ਜਿਨ੍ਹਾਂ ਦੇ ਘਰ ਦੇ ਬਾਹਰ ਬੈਠੇ ਨੇ, ਉਹ ਇਹਨਾਂ ਦੇ ਚਾਹ ਪਾਣੀ ਦੀ ਸੇਵਾ ਵੀ ਕਰਦੇ ਨੇ। ਤੁਸੀਂ ਦੇਖ ਸਕਦੇ ਹੋ ਉਹਨਾਂ ਵਾਸਤੇ ਇੰਨੀ ਠੰਡ ਹੋਣ ਬਾਵਜੂਦ ਚਾਹ ਵੀ ਲੈ ਕੇ ਆਏ ਨੇ, ਅਤੇ ਉਹਨਾਂ ਦਾ ਕਹਿਣਾ ਵੀ ਬਹੁਤ ਲੋਕ ਪਿਆਰ ਵੀ ਦਿੰਦੇ ਨੇ। ਇਸ ਕਰਕੇ ਇੰਨੀ ਉਮਰ ਜਿਹੜੀ ਕਿ 90 ਸਾਲ ਦੀ ਉਮਰ ਬੜੀ ਵੱਡੀ ਹੁੰਦੀ ਆ, ਇਹਨਾਂ ਦਾ ਵੀ ਜੀ ਕਰਦਾ ਘਰ ਬਹਿ ਕੇ ਆਪਣੇ ਪਰਿਵਾਰ ਵਿੱਚ ਰੋਜ਼ੀ ਰੋਟੀ
ਖਾਣ, ਪਰ ਘਰਾਂ ਦੀਆਂ ਮਜਬੂਰੀਆਂ ਜਿਹੜੀਆਂ ਬੰਦੇ ਨੂੰ ਇਸ ਮੋੜ 'ਤੇ ਲੈ ਕੇ ਆ ਜਾਂਦੀਆਂ ਨੇ। ਇਸ ਕਰਕੇ ਅਸੀਂ ਹਮੇਸ਼ਾ ਕਹਿੰਦੇ ਨੇ ਵੀ ਪੰਜਾਬੀ ਹਮੇਸ਼ਾ ਹੀ ਦਰਿਆ ਦਿਲ ਹੁੰਦੇ ਨੇ, ਹਮੇਸ਼ਾ ਹੀ ਮਦਦਗਾਰ ਹੁੰਦੇ ਨੇ। ਜਿੱਥੇ ਕਿਸੇ ਦੀ ਮਦਦ ਕਰਨੀ ਹੋਵੇ ਤਾਂ ਪੰਜਾਬੀ ਜ਼ਰੂਰ ਪਹੁੰਚਦੇ ਨੇ। ਇਸ ਕਰਕੇ ਸਾਡੀ ਦਰਸ਼ਕਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋ ਇਹਨਾਂ ਦੀ ਅਤੇ ਮਦਦ ਵੀ ਕਰੋ, ਕਿਉਂਕਿ ਹਮੇਸ਼ਾ ਹੀ ਪੰਜਾਬੀ ਇੱਕ ਦੂਜੇ ਦਾ ਸਹਾਰਾ ਬਣਦੇ ਨੇ ਅਤੇ ਸਹਾਰੇ ਦੇ ਨਾਲ ਨਾਲ ਮਦਦ ਵੀ ਜ਼ਰੂਰ ਕਰਦੇ ਨੇ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਵੀ ਬਾਬਾ ਜੀ ਬੂਹਾ ਸਿੰਘ ਜੀ ਵਾਸਤੇ ਖਾਣ ਪੀਣ ਵਾਲਾਂ ਦਾ ਸਮਾਨ ਵੀ ਲੈ ਕੇ ਆਏ ਨੇ। ਹਮੇਸ਼ਾ ਜਿਹੜੀਆਂ ਨੇ ਉਹ ਪੁੰਨ ਵੀ ਖੜਦੇ ਨੇ ਲੋਕ ਅੰਮ੍ਰਿਤਸਰ ਦੇ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ। ਇਹ ਸੀ ਗੱਲਬਾਤ ਕੀਤੀ ਬੂਹਾ ਸਿੰਘ ਜੀ ਨਾਲ, ਅਤੇ ਹੁਣ ਸਾਡੀ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਦੇ ਹੋ। ਜਦੋਂ ਕਿਤੇ ਅੰਮ੍ਰਿਤਸਰ ਸਾਹਿਬ ਆਓ, ਅੰਮ੍ਰਿਤਸਰ ਅਜੀਤ ਨਗਰ ਖੰਡੇਵਾਲ ਚੌਂਕ, ਜਿੱਥੇ ਕਿ ਬਾਬਾ ਜੀ ਫੁੱਲ ਵੜੀਆਂ ਵੇਚਦੇ ਨੇ ਅਤੇ 10-10 ਰੁਪਏ ਦਾ ਫੁੱਲ ਵੜੀ ਦਾ ਪੈਕਟ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਕਿਸੇ ਚੰਗੇ ਹੱਥ ਲੱਗ ਸਕੇ ਇਹ ਖਬਰ ਨੂੰ ਅਤੇ ਬਾਬਾ ਜੀ ਦੀ ਜਿਹੜੀ ਕਿ ਮਦਦ ਹੋ ਸਕੇ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਅੰਮ੍ਰਿਤਸਰ ਤੋਂ।